फतेहगढ़ पहुंच गए तन्ने हो रही की करी जाने तन्ने भाई सफाई कर दे मुंडे पहला वेले आए सारे ए दो के ढक्के चक्की होना भाई है बाबे था तू साफ करना पूगा गोरा जे मुंडा बड़ा हसदा गल है फिर लावा ट्रैक्टर उथे ओ सामने लाउना लै मिंट लगे ना के ढक्के नाल है क्यों सही गल है सही गल है बच्ची परिंडा वांगू चुंबड़ गया ना वे है मेरे पिंड का भी चक ले भरावा है बुद्धू का फिर तगड़ा कम है ले 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 मिंट च करता है था रड़ा रड़ा चल खिच दने अपनी कही कड़े वाले इथे कहते बाबे लाइट लूट मिल जूगी सानू इथे बाबा कितों देंदे बाबे ये राजपुरे तो लंगर लुंगर लगन गए उरे हां ते हले कोई नहीं आया फौजा पहली पहुंची है ना टावे टावे बंदे आए आ सारा खाली पिया गया इधर पंडाल तारा तूरा बिजली बिजली मिल जू तो रेंज वाला सिस्टम लाई जाते टावर ये स्पेशल अपना ये करके होंगे गा मतलब इतने जो भी ज्यादा इकट्ठ करके रेंज नहीं होंगी ना आ सारा थान खाली पे अब कल नू किसी को हथ नहीं दिखावा की बन जूगा उरे वह बने रहो तो आई ट्राली है निकी जी रब सुख रखे कहानू एदू वी लियावी तो आ सोना लीके अपना झोटा ते डेक लाया सी आपां पुराना कई दिन हो गया ओ देखो अपने लगे हुए स्टिकर स्टुकर डेक ते हुट लाया सीगा ते तन्ने दे पिंडों ए चैलां वाली दा किड्डा ढेर लाता भाई मिंट जी है ना हां मिंट जी करती सफाई कहिंदे मुंडिया ने ऐ हुंदा कठ दा कम की कित्थों आया है गली चलन वाली दा इधर नाल ना लग जाए चल चल लो बाबे सारे कोई 25 नु जाण वाला कोई 26 नु कोई 27 नु आपां 30 नु जाण वाले आ ना हैं सारे आपां तों पहलां जाणगे आंडी गवांडी ਕੱਲਿਆ ਹਾ ਠੀਕ ਹੈ ਮਿੰਟ ਜੀ ਲਾ ਦੋ ਝੋਟਿਆਂ ਨੇ ਢੇਰ ਜਮਾ ਮਾੜਾ ਥਾ ਬਸ ਠੀਕ ਹੈ ਉਰੇ ਕੰਮ ਮੈਂ ਖੜਾ ਖੜਾ ਲਾ ਨਾਲ ਲੱਗ ਗਈ ਨਾਲ ਤੈਨੇ ਬੋਲਦਾ ਕਿਉਂ ਨੀ ਤੂੰ ਆ ਝੰਡਾ ਨੀ ਵਧੀਆ ਲਾਇਆ ਬੱਜੀ ਓਏ ਝੰਡੇ ਤੇ ਰੁਪਈਏ ਲਾਉਣ ਦੱਸੋ ਹੁਣ ਲੈ ਕੇ ਦੇ ਮਾਈ ਚੰਗਾ ਨਵਾਂ ਲਿਆਵਾਂਗੇ ਬਾਬਾ ਫਿਰ ਸਿਰਾ ਹੋ ਗਿਆ ਇੱਧਰ ਬਾਈ ਸਟੀਲ ਦੀਆਂ ਪੇਪਰ ਲਾਈ ਬੈਠਾ ਤੇ ਆਪਣੇ ਡਾਇਨਾਸੋਰ ਵਾਲੇ ਵੀ ਆਉਣ ਵਾਲੇ ਉਹਨਾਂ ਨੂੰ ਵੀ ਇੱਥੇ ਕਢਾਵਾਂਗੇ ਕਿਤੇ बस मैं क्या नाल ना लग जी आओ लाते तंबू जटा ने इधर उधर सारे फिट करी बैठे बाबे कम कल नू ता सारा पंडाल भर जूगा जिन्ना भी ए टू जेड आओ सामने गुरु घर जी देखो करो गलत है ਹਲੇ ਸਾਡੇ ਬੰਦਿਆਂ ਦਾ ਵੀ ਸਿਸਟਮ ਹਿਸਾਬ ਚ ਨਹੀਂ ਆ ਰਿਹਾ ਲੋ ਬਾਬੇ ਆਹ ਥਾਂ ਚ ਲੱਗਣਾ ਲੰਗਰ ਉਹ ਸਾਹਮਣੇ ਪਿੰਡਾਂ ਦੇ ਨਾਂ ਲਿਖੇ ਪਏ ਜਿਵੇਂ ਖਿਆਲੀ ਚਹਿਲਾਂ ਲਈ ਤੇ ਪਟਿਆਲਾ ਰਾਜਪੁਰਾ ਬਾਈਪਾਸ ਮਾਨਸਾ ਸਰਦੂਲਗੜ੍ਹ ਰੋਡ ਕੀ ਇਹ ਸਾਰੇ ਪਿੰਡਾਂ ਦਾ ਸਾਂਝਾ ਜਿਹਾ ਲੰਗਰ ਹੁੰਦਾ ਇਹ ਇੱਥੇ ਸਾਰੇ ਕਿਤੇ ਕੱਲ੍ਹ ਨੂੰ ਵਧੀਆ ਸਿਸਟਮ ਹੋਊਗਾ
ਤੇ ਬਾਬੇ ਆਉਣ ਵਾਲੇ ਹੁਣ ਅਸੀਂ ਚਾਹ ਚੂ ਛਕਣ ਜਾਂਦੇ ਹਾਂਗੇ ਤੇ ਆਹ ਬਾਈ ਹੋਰੇ ਸੀਰੇ ਹੋਰੀ ਨਾਲ ਆ ਹਰੀ ਪੱਗ ਵਾਲੇ ਟਰੈਕਟਰ ਹੋਰ ਸੀਰੇ ਸੈੱਟ ਹੈ ਕੰਮ ਚੱਲੀਏ ਫਿਰ ਚਾਹ ਪੀਣਾ ਉਹ ਸਾਹਮਣੇ ਦੇਖੋ ਹਰੇਕ ਬੰਦਾ ਪੂਰੀ ਸੇਵਾ ਕਰਦਾ ਨਾ ਉਹਦੇ ਕੱਠ ਪੂਰਾ ਹੋ ਗਿਆ ਅੱਜ ਵੀ ਆ ਸਾਹਮਣੇ ਆ ਲੰਗਰੀ ਆ ਸਾਰੇ ਚੱਲੀਏ ਫਿਰ ਲਓ ਵੀ ਬਸ ਬਣੇ ਰਹੋ ਸ਼ੇਅਰ ਕਰ ਦੋ ਦਿਖਾਉਣੇ ਆ ਲੰਗਰ ਤੇ ਡਾਇਨਾਸੋਰ ਵਾਲੇ ਵੀ ਆਉਣ ਵਾਲੇ ਉਹਨਾਂ ਨਾਲ ਵੀ ਮਿਲਦੇ ਆ ਤੇ ਕਰਦੇ ਆ ਸੜਕੇ ਸੜਕੇ ਲਈਏ ਜੋਤੀ ਸਰੂਪ ਇੱਧਰ ਬਾਈ ਹੋਰੀ ਪੂਰੀ ਡਿਊਟੀ ਤਨੋ ਮਨੋ ਨਿਭਾ ਰਹੇ ਸਾਰੇ ਮੁਲਾਜ਼ਮ ਹਨ ਉਹ ਲੱਗਿਆ ਪਿਆ ਜੀ ਇੱਕ ਲੰਗਰ ਗੁਰੂ ਕਾ ਲੰਗਰ ਲੰਗਰ ਬਹੁਤ ਹੁੰਦੇ ਉਰੇ ਪਰ ਇੱਕ ਗੱਲ ਆ ਬਾਈ ਜੇ ਲੰਗਰ ਛਕਣ ਲੱਗਦੇ ਨਾ ਲੰਗਰ ਦੀ ਬੇਅਦਬੀ ਨਾ ਕਰਿਆ ਕਰੋ ਜੇ ਲੋੜ ਹੁੰਦੀ ਤਾਂ ਛਕਿਆ ਕਰੋ ਲਓ ਜੀ ਦਰਸ਼ਨ ਫਿਰ ਗੁਰੂ ਘਰ ਦੇ ਤੇ ਆਹ ਗੱਲ ਵੀ ਗਲਤ ਆ ਹਾਂ ਆਪਾਂ ਚਾਹ ਪੀ ਕੇ ਆਉਣੀ ਆ ਅੱਗੇ ਪੀ ਲੈਂਦੇ ਆ ਲਓ ਜੀ ਜੋੜੇ ਜਾੜੇ ਇੱਥੇ ਤਾਰ ਕੇ ਫਿਰ ਛਕਦੇ ਆ ਆਪਾਂ ਚਾਹ ਸਾਹਮਣੇ ਲਓ ਵੀ ਮਿੱਤਰੋ ਚਾਹ ਆਪਾਂ ਛਕ ਲਈ ਕਿ ਨਹੀਂ ਸੀਰੇ ਬਾਈ ਲਓ ਜੀ ਕਰੋ ਦਰਸ਼ਨ ਗੁਰੂ ਘਰ ਜੋਤੀ ਸਰੂਪ ਦੇ ਨੇੜੇ ਤੇ ਅੱਜ ਵੀ ਬਹੁਤ ਰਾਸ਼ ਹੋ ਰਿਹਾ ਹੈਗਾ ਤੇ ਬਾਕੀ ਤਾਂ ਆਪਾਂ ਸਮਾਰ ਕੇ ਕੱਲ ਨੂੰ ਦਿਖਾਵਾਂਗੇ ਨਾ ਸਾਰੇ ਗੁਰੂ ਘਰ ਦਿਖਾਵਾਂਗੇ ਠੰਡਾ ਬੁਰਜ ਹੋ ਗਿਆ ਹੋਰ ਤੇ ਅੱਜ ਤੁਹਾਨੂੰ ਇੰਨਾ ਕੁ ਦਿਖਾਉਂਦਾ ਵੀ ਮੈਂ ਮਿਸ ਜਾਣ ਹੋਵੇ ਅੱਜ ਆਏ ਹੈਗੇ ਨਾ ਰਿਹਾ ਜੀ ਨਹੀਂ ਗਿਆ ਤੇ ਬਾਕੀ ਕੱਲ ਨੂੰ ਦਿਖਾਵਾਂਗੇ ਇਕੱਠ ਬਹੁਤ ਆ ਤੇ ਲੋਕ ਸੇਵਾ ਤਨੋ ਮਨੋ ਕੋਈ ਕਾਸੇ ਦਾ ਲੰਗਰ ਲਾਈ ਬੈਠਾ ਕੋਈ ਕਾਸੇ ਦਾ ਕੋਈ ਜੋੜੇ ਘਰ ਚ ਸੇਵਾ ਕਰਦਾ ਕੋਈ ਕਿਤੇ ਕਰਦਾ ਨਾ ਜਿਹਦੋਂ ਜਿਵੇਂ ਜਿੱਥੇ ਸ਼ਰਤ ਹੈਗੀ ਜਾਂ ਜਿੱਥੇ ਟਾਈਮ ਮਿਲਦਾ ਬੰਦੇ ਨੂੰ ਨਾ ਜਿੱਥੇ ਸੰਤੁਸ਼ਟੀ ਮਿਲਦੀ ਆ ਤੇ ਚਲੋ ਹੁਣ ਆਪਾਂ ਉੱਧਰ ਜਾਂਦੇ ਇੱਧਰ ਆਪਣੀ ਟਰਾਲੀ ਟਰੁਲੀ ਖੜੀ ਰੋਡ ਤੋਂ ਦੀ ਮਸਾਂ ਟੱਪੀ ਦਾ ਆ ਇੱਧਰ ਆਪਣੇ ਫੇਰ ਬੰਦੇ ਜਿਹੜੇ ਆ ਮਫਲਰ ਜੇ ਲੈਣੇ ਉਹ ਮਫਲਰ ਜਿਹਾ ਲੈਣਾ ਗਾ ਯਾਰ ਲੈ ਲਾ ਇੱਕ ਮਾੜਾ ਨੀ ਜ਼ੋਰ ਵੀ ਦਾ ਕੀ ਮਾੜਾ ਲਓ ਜੀ ਉਲਟਣ ਲੈਣਾ ਨਾ ਨਾ ਹਾਂ ਹੈ ਨਾ ਬਾਈ ਊ ਤਾਂ ਸਾਡੀ ਟਰਾਲੀ ਦੀ ਨਿਸ਼ਾਨੀ ਨੀ ਸਾਨੂੰ ਇਹਦੀ ਨਿਸ਼ਾਨੀ ਆ ਕੱਦੋ ਜੀ ਕੀ ਆ ਇਹ ਹੈਂ ਗਲੋਬਲ ਆ ਇਹਦੇ ਪਾਸੇ ਲਵੇ ਦਵੇ ਸਾਡੀ ਟਰਾਲੀ ਖੜੀ ਹੈਗੀ ਹਾਂ ਆਹ ਟਾਵਰ ਰੇਂਜ ਵਾਲਾ ਸਾਡੇ ਕੋਲ ਰੇਂਜ ਵੀ ਬੋਲਾ ਵੀਡੀਓ ਵੂਡੀਓ ਉਹਦੀ ਚੜ ਜਾਏ ਗੁਰੂ ਨਾ ਆਪਣੀ ਹੈਨਾ ਵੇਰ ਕਿਵੇਂ ਲੱਗੇ ਮਲੇ ਦੇ ਵੇਰ ਖਵਾ ਲੈਂਦੇ ਮੁੰਡਿਆਂ ਨੇ ਹੁਣ ਦੇਖਦੇ ਹਾਂ ਸਾਡੇ ਵਾਲਿਆਂ ਨੇ ਕੀ ਗੱਡਦੇ ਤੰਬੂ ਕੇ ਨਾ ਅਸੀਂ ਤਾਂ ਟਲਕੇ ਜੇ ਆ ਗਏ ਜੀ ਨਾ ਚਾਹ ਦੇ ਬਣੇ ਤੇ ਹਾਂ ਇੱਧਰ ਸਿੰਘਾਂ ਦੇ ਘੋੜੇ ਪਤਾ ਨਹੀਂ ਆਪਣੇ ਦਲ ਦੇ ਆ ਕਿ ਦੂਜੇ ਦਲ ਦੇ ਆਪਾਂ ਤਰਨਾ ਦਲ ਦੇ ਬੰਦੇ ਆਂਗੇ ਮੈਂ ਵੀ ਤਰਨਾ ਦਲ ਦਾ ਹਾਂ ਬਾਈ ਹਾਂ ਲਾਇਸੈਂਸਾਂ ਮੈਂ ਤੈਨੂੰ ਦਿਖਾਉਣਾ ਜਾ ਕੇ ਇਹ ਸ਼ਾਇਦ ਬੁੱਢਾ ਦਲ ਦੇ ਨਾ ਹੁਣ ਚਲੋ ਐਂ ਤਾਂ ਕੀ ਹੁੰਦਾ ਇੱਕੋ ਹੀ ਗੱਲ ਆ ਉਹ ਸੀ ਨੰਗਾ ਹਨਾ ਉਹ ਵੀ ਲਾ ਤਾ ਕਹਿੰਦੇ ਸਾਡੇ ਬੰਦੇ ਨੇ ਤੰਬੂ ਪੈਣ ਪੂਣ ਨੂੰ ਵਧੀਆ ਸਿਸਟਮ ਕਰ ਲਿਆ ਦਿੱਤੇ ਆ ਕਾਗਜ਼ ਪਾਉਂਦੇ ਆ ਪੂਰਾ ਮੋਟਾ ਕਾਗਜ਼ ਲੈ ਪਾਣੀ ਪੂਣੀ ਚ ਆਉਣ ਤੋਂ ਉਧਰ ਲੱਗੇ ਪਏ ਆ ਕੁਛ ਸੇਵਾਦਾਰ ਤੇ ਵਿੱਚ ਅੰਦਰ ਮਾਹੌਲ ਬਣ ਗਿਆ ਏਦਾਂ ਦਾ ਇੱਥੇ ਗੱਦੇ ਗੁੱਦੇ ਲੱਗ ਜਾਣੇ ਕਿਉਂ ਮੁੰਡਿਆ ਚਿੱਟਾ ਮਾਹੌਲ ਲਾ ਲਓ ਗੱਦੇ ਹੈ ਓਏ ਲਾ ਲਓ ਗੱਦੇ ਗੱਦੇ ਲਾ ਲਾ ਗੱਦੇ ਮਖਾਂ ਬੰਦੇ ਆਪਣੇ ਸੇਵਾਦਾਰ ਤਕੜੇ ਆ ਸਾਰੇ ਤੜਕੇ ਦਿਖਾਵੇ ਪੂਰਾ ਘੈਂਟ ਮਾਹੌਲ ਤੇ ਅੱਜ ਵਾਲੇ ਚ ਤਾਂ ਬਸ ਮਾੜੀ ਮਾੜੀ ਝਲਕੀ ਆ ਤੇ ਮੈਂ ਆਪਦਾ ਮੂੰਹ ਵੀ ਦਿਖਾ ਦਾ ਮੈਂ ਸੁੱਤਾ ਜਿਹਾ ਉੱਠਿਆ ਸੀਗਾ ਹੋਰ ਜੇ ਹੋ ਰਿਹਾ ਥੋੜਾ ਜਿਹਾ ਕਿ ਨਹੀਂ ਪੁੱਤ ਬਣ ਗਈ ਗੱਲ ਮਿੱਤਰੋ ਲੈਟ ਲੂਟ ਲਾ ਦੀ ਇੱਥੋਂ ਆਹ ਪਈ ਆ ਲਾ ਦੀ ਜਰਾ ਇਹਦੇ
ਫਿਰ ਬੈਂਟਰੀਆਂ ਅੰਦਰ ਵੀ ਆ ਦੋ ਸਾਡੇ ਕੋਲ ਇੱਧਰ ਟਰਾਲੀ ਚ ਪਈਆਂ ਦੇਖਦੇ ਕੀ ਬਣਦੀ ਆ ਕਹਾਣੀ ਤੇ ਬਾਕੀ ਨਾ ਸਾਨੂੰ ਕੱਲ ਨੂੰ ਦਿਖਾਵਾਂਗੇ ਸਾਰਾ ਸੀਨ ਅੱਜ ਤਾਂ ਸਾਨੂੰ ਦੱਸਿਆ ਹੈਗਾ ਵੀ ਅਸੀਂ ਆਏ ਹੋਏ ਹਾਂ ਫਤਿਹਗੜ੍ਹ ਸਾਹਿਬ ਹੈ ਨਾ ਕੀ ਗੱਲ ਤਾਂ ਗੱਲ ਆ ਤੇ ਕੱਲ ਨੂੰ ਸਾਨੂੰ ਵਧੀਆ ਵਧੀਆ ਵੀਡੀਓ ਪਾਉਣੀ ਆ ਤੇ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰੀ ਚੱਲਿਓ ਤੇ ਬਸ ਇਹ ਤੋਂ ਬਾਅਦ ਜਿੰਨੇ ਦਿਨ ਰਹਾਂਗੇ 30 ਤਰੀਕ ਤੱਕ ਰਹਾਂਗੇ ਕੰਟੀਨਿਊ ਪਾਈ ਜਾਇਆ ਕਰਾਂਗੇ ਜੇ ਰੇਂਜ ਰਹੀ ਜੇ ਰੇਂਜ ਜੇ ਵੀਡੀਓ ਨਾ ਆਈ ਤੁਸੀਂ ਐਂ ਹਿਸਾਬ ਲਾ ਲਓ ਵੀ ਰੇਂਜ ਨਹੀਂ ਹੈਗੀ ਪੂਰੇ ਰੇਂਜ ਦੀ ਵੀ ਦਿੱਕਤ ਆ ਜਾਂਦੀ ਹੈ ਤੇ ਚਲੋ ਦੇਖਦੇ ਅੱਗੇ ਕੀ ਮਾਹੌਲ ਬਣਦਾ ਨਾ ਲਓ ਬਾਬੇ ਹੁਣ ਆਪਾਂ ਅੱਜ ਵਾਲਾ ਵਲੌਗ ਇੱਥੇ ਸਮਾਪਤ ਕਰਾਂਗੇ ਹੈ ਨਾ ਤਾਂ 20 ਮਿੰਟਾਂ ਨੂੰ ਕਿੱਦਾਂ ਪਾਰਟ ਹੋਰ ਪਾ ਦਾਂਗੇ ਤੇ ਹੁਣ ਚਾਹ ਚੁੱਕੀ ਜਾਂਦੀ ਕਿਉਂ ਦਿੰਦੇ ਪੀਲੀ ਚਾਹ ਚੁੱਕੀ ਬੈਠਾ ਕਿ ਨਹੀਂ ਤੇ ਕੱਲ ਨੂੰ ਦਿਖਾਵਾਂ ਵਧੀਆ ਵਧੀਆ ਘੈਂਟ ਘੈਂਟ ਚੀਜ਼ਾਂ ਤੇ ਮਿਲਦੇ ਆ ਅਗਲੀ ਵੀਡੀਓ 'ਚ ਆਏ ਲਓ ਬਾਬੇ ਤੰਨੇ ਨੇ ਮਰਵਾ ਦੇ 3.5 ਕਿਲੋਮੀਟਰ ਤੁਰ ਕੇ ਆ ਗਏ ਮਹਾ ਚਾਹ ਵਾਲਾ ਜੱਗ ਲੈਣਾ ਗਾ ਕਹਿੰਦਾ ਇੱਥੇ ਜੇ ਮਿਲ ਜੂਗਾ ਐਂ ਜੇ ਕਰਦੇ ਕਰਦੇ 3.5 ਕਿਲੋਮੀਟਰ ਆ ਗਏ ਹਲੇ ਜੱਗ ਸਾਨੂੰ ਮਿਲਿਆ ਨੀ ਕਿੱਥੋਂ ਮਿਲੂਗੇ ਜੱਗ ਐਂ ਕਰਦੇ ਕਰਦੇ ਤੂੰ ਮਾਰਤੇ ਜਮਾ ਹੈਂ ਤੇ ਉਹ ਸਾਹਮਣੇ ਐਂ ਕਹਿੰਦਾ ਉਹ ਸਾਹਮਣੇ ਆ ਬਸ ਐਂ ਕਰਦੇ ਕਰਦੇ 3.5 ਕਿਲੋਮੀਟਰ ਆ ਗਏ ਐਂ ਨੀ ਪਤਾ ਇਹਨਾਂ ਲੜਾਈ ਹੋ ਜਾਣਾ ਦੇਖਦੇ ਕੀ ਬਣਦਾ ਲਓ ਵੀ ਧੰਨੇ ਨੇ 4 ਕਿਲੋਮੀਟਰ ਤੁਰ ਕੇ ਜੱਗ ਲੈ ਲਿਆ ਸਾਡੇ ਵਾਸਤੇ ਹੈਨਾ ਬਾਈ ਹੈ ਨਹੀਂ ਨਹੀਂ ਸਾਡਾ ਹੁੰਦਾ ਕਲੇਸ਼ ਜੇ 350 ਦੀ ਆ 290 ਨੀ ਕਿਹਾ ਜੀ ਬਾਈ ਤੂੰ 390 ਕਿਹਾ ਜੀ ਠੀਕ ਹੈ ਤੇ ਆਹ ਬਾਈ ਤੋਂ ਲਿੱਤਾ ਇਹ ਵੀ ਸਰਦਾਰ ਆ ਤੇ ਇੱਧਰ ਅੰਕਲ ਵੀ ਸਰਦਾਰ ਆ ਬਹੁਤ ਬਾਟ ਤੁਰ ਕੇ ਆਏ ਆ ਤੇ ਗਲਾਸੀਆਂ ਗਲੂਸੀਆਂ ਦੇਖਦੇ ਧੰਨੇ ਨੇ ਲੈ ਲਿਆ ਜਾ ਕੇ ਕਿੰਨੇ ਲਾਤੇ ਧੰਨੇ ਆ 350 ਬੰਦਾ ਰਿਆਤ ਕਰ ਗਿਆ ਨਾ 390 ਮੰਗੇ ਸੀ ਚਲੋ ਸਾਡੀ ਮਿਹਨਤ ਬੱਲੇ ਪੈ ਗਈ ਵੀ ਸਾਨੂੰ ਬਹੁਤ ਔਖਾ ਲੱਗਦਾ ਸੀ ਮੁੜਨਾ ਪੈਣਾ ਜੱਗ ਤੋਂ ਨਾ ਇੰਨੀ ਬਾਟ ਆ ਗਈ ਜੀ ਮੈਂ ਧੰਨੇ ਹੁਣ ਤਾਂ ਤੇਰੇ ਨਾਲ ਕਲੇਸ਼ ਹੋਊਗਾ ਕਿਉਂ ਕਲੇਸ਼ ਕਿਵੇਂ ਹੋਣਾ ਜੀ ਬਾਬੇ ਇਹ ਕਹਿੰਦਾ ਮੈਂ 7-8 ਸਾਲਾਂ ਦਾ ਹੋਣਾ ਕਹਿੰਦਾ ਮੈਨੂੰ ਸਾਰੀਆਂ ਦੁਕਾਨਾਂ ਦਾ ਪਤਾ ਆ ਜਾ ਤਰਿਆ ਤੇ ਮੰਨ ਲਏ ਕਹਿੰਦਾ ਸਾਰੀਆਂ ਦੁਕਾਨਾਂ ਦਾ ਪਤਾ ਹੈ ਨਾ ਵੀ ਐਂ ਕਰਕੇ ਫਿਰ ਐਂ ਨਹੀਂ ਪਤਾ ਇਹਦੇ ਨਾਲ ਕਲੇਸ਼ ਹੁੰਦਾ ਸਾਡਾ ਹੁਣ ਜੱਗ ਮਿਲ ਗਿਆ ਹੁਣ ਇਹਨੂੰ ਚਾਹ ਦਾ ਭਰ ਕੇ ਰੱਖ ਲਿਆ ਕਰਾਂਗੇ ਨਜ਼ਾਰੇ ਆ ਜਾਣਗੇ ਅੱਗੇ ਮਿਲ ਗਏ ਚਲੀਏ